ਅਸੀਂ ਇਸ ਗੱਲ 'ਤੇ ਅੜੇ ਹਾਂ। ਪਰਿਵਾਰ ਨੂੰ ਅਸੀਂ ਵਾਰ ਵਾਰ ਇਹੀ ਕਹਿੰਦੇ ਹੁੰਦੇ ਕਿ ਤੁਸੀਂ ਅੜੇ ਰਹੋ, ਹਰ ਹਾਲਤ ਹੋਊਗਾ ਪਰਚਾ। ਮੁੱਖ ਮੰਤਰੀ ਕਿਹਾ ਹੋਇਆ ਮੈਂ ਖੜ੍ਹਾ ਅਤੇ ਮੁੱਖ ਮੰਤਰੀ ਹੁਣ ਕਿਉਂ ਦੇਰੀ ਕਰਦਾ? ਸਵਾਲ ਪੈਸੇ ਦਾ ਨਹੀਂ, ਸਵਾਲ ਹੈ ਦੋਸ਼ੀ ਜਿਹਨੇ ਗੋਲੀ ਚਲਾਈ ਹੈ। ਸਰਕਾਰ ਦਾ ਮੁੱਖ ਮੰਤਰੀ ਦਾ ਕੋਈ ਕਰੋੜ ਮਿਹਣੇ ਨਹੀਂ ਰੱਖਦਾ, ਮਿਹਣੇ ਰੱਖਦਾ ਕਿ ਮੁੱਖ ਮੰਤਰੀ ਸਟੈਂਡ ਲੈ ਕੇ ਦੋਸ਼ੀ 'ਤੇ ਕਾਰਵਾਈ ਕਰਕੇ ਪਰਚਾ ਦਰਜ ਕਰੇ। ਕੇਂਦਰ ਨੇ ਦਬਾਅ ਹੀ ਇੰਨਾ ਬਣਾ ਲਿਆ ਕੇਜਰੀਵਾਲ 'ਤੇ ਕਿ ਪਰਚਾ ਦਰਜ ਨਹੀਂ ਕਰਨਾ। ਕਹਿ ਰਿਹਾ ਇੱਕ ਅਧਿਕਾਰੀ ਇਹਨਾਂ ਦਾ ਕਿ ਜੇ ਅਸੀਂ ਇੱਕ ਕਰਾਂਗੇ ਸਾਡੇ 'ਤੇ 10 ਕਰਨਗੇ। ਕੀ ਭਾਈ ਤੁਹਾਡੇ ਕੋਰਟ 'ਚ ਕੇਸ ਚੱਲਦੇ ਆ? ਪਰਚਾ ਦਰਜਾ ਹੋ ਰਿਹਾ, ਮੁੱਖ ਮੰਤਰੀ ਦਾ ਬਿਆਨ ਸੀ ਅਤੇ 5 ਮਿੰਟਾਂ ਤੋਂ ਬਾਅਦ ਨਹੀਂ ਵਾਲੇ ਥਾਣੇ ਦੇ ਵਿੱਚ 150 ਕਿਸਾਨਾਂ 'ਤੇ ਪਰਚਾ ਦਰਜ ਹੋ ਗਿਆ। ਮੁੱਖ ਮੰਤਰੀ ਦਾ ਕਿਹਾ ਹੋਇਆ, ਅੱਜ ਵੀ ਮੁੱਖ ਮੰਤਰੀ ਨੇ ਕਿਹਾ, ਅੱਜ ਪਰਚਾ ਕਰਨ 'ਚ ਕੀ ਦਿੱਕਤ ਹੈ? ਮੇਰੀ ਇੱਥੇ ਅਧਿਕਾਰੀਆਂ ਨਾਲ ਗੱਲ ਹੋਈ ਸੀ ਜੀ, ਇਹ ਕਰੀਏ ਜੀ ਆਪਾਂ ਇੱਕ ਰਸਤਾ ਖੋਲ੍ਹ ਦਈਏ। ਮੈਂ ਕਿਹਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ, ਦੱਸੋ ਸਾਨੂੰ ਜੀ ਅਸੀਂ ਕਿਹਦੇ ਪਰਚਾ ਦਰਜ ਕਰੀਏ? ਤੁਸੀਂ ਪਰਚਾ ਦਰਜ ਕਰਨ ਵਾਲੀ ਗੱਲ ਕਿਉਂ ਨਹੀਂ ਕਰਦੇ, ਤੁਸੀਂ ਇੱਕ ਰਸਤਾ ਖੋਲ੍ਹਣ ਦੀ ਗੱਲ ਕਰਦੇ। ਜਿਹੜਾ ਸ਼ੁਭ ਕਰਨ ਵਾਲੀ ਗੱਲ ਹੈ, ਪਹਿਲੀ ਗੱਲ ਤਾਂ ਹੁਣ ਉਹ ਪੰਜਾਬ ਦਾ ਉਸ ਪਰਿਵਾਰ ਦਾ ਨਹੀਂ ਰਿਹਾ ਬੱਚਾ, ਅੱਜ ਦੁਨੀਆ ਪੱਧਰ 'ਤੇ ਉਹ ਸਾਡੇ ਕਿਸਾਨ ਅੰਦੋਲਨ ਦਾ ਸ਼ਹੀਦ ਹੋ ਚੁੱਕਿਆ। ਜਿਹੜੀ ਤੁਸੀਂ ਸਵਾਲ ਕੀਤਾ, ਬਹੁਤ ਵੱਡਾ ਇਸ਼ੂ ਹੈ। ਆਮ ਲੋਕ ਇਹ ਕਹਿੰਦੇ ਨੇ ਵੀ ਜੋ ਮੁੱਖ ਮੰਤਰੀ ਨੇ ਕਰੋੜ ਰੁਪਇਆ ਪਰਿਵਾਰ ਨੂੰ ਦਿੱਤਾ, ਨੌਕਰੀ ਦਿੱਤੀ, ਹੁਣ ਕਿਉਂ ਦੇਰੀ ਕਰਨ, ਪੋਸਟਮਾਰਟਮ ਕਰਵਾ ਕੇ ਸੰਸਕਾਰ ਕਰ ਦਿਓ। ਸਵਾਲ ਪੈਸੇ ਦਾ ਨਹੀਂ, ਸਵਾਲ ਹੈ ਦੋਸ਼ੀ ਜਿਹਨੇ ਗੋਲੀ ਚਲਾਈ ਹੈ। ਵੱਡੇ ਇਸ਼ੂ ਨੇ, ਅੱਜ ਤੱਕ ਬਗਰਾੜੀ ਵਾਲੇ ਦਾ ਕੋਈ ਨਿਪਟਾਰਾ ਨਹੀਂ ਹੋ ਚੱਕਿਆ। ਕਿੰਨੇ ਵਾਰੀ ਅੰਦੋਲਨ ਹੋ ਗਏ, ਹੋ ਸਕਦਾ ਉਸ ਪਰਿਵਾਰ ਨੂੰ ਕਰੋੜਾਂ ਰੁਪਇਆ ਦਿੱਤਾ ਹੋਵੇ, ਕਿਸੇ ਨੇ ਨਾ ਦਿੱਤਾ ਹੋਵੇ, ਇਸ ਪਰਿਵਾਰ ਨੂੰ ਵੀ ਲੋਕ ਦੇ ਦੇਣਗੇ। ਸਰਕਾਰ ਦਾ ਮੁੱਖ ਮੰਤਰੀ ਦਾ ਕੋਈ ਕਰੋੜ ਮਿਹਣੇ ਨਹੀਂ ਰੱਖਦਾ, ਮਿਹਣੇ ਰੱਖਦਾ ਕਿ ਮੁੱਖ ਮੰਤਰੀ ਸਟੈਂਡ ਲੈ ਕੇ ਦੋਸ਼ੀ 'ਤੇ ਕਾਰਵਾਈ ਕਰਕੇ ਪਰਚਾ ਦਰਜ ਕਰੇ। ਤਾਂ ਇਵੇਂ ਜੇਕਰ ਯੂਪੀ ਦੇ ਵਿੱਚ ਵੀ ਸਮਝੌਤਾ ਹੋਇਆ ਸਾਡੇ ਚੱਲਦੇ ਮੋਰਚੇ 'ਚ ਹੋਇਆ ਸੀ, ਜੋ ਦਿੱਲੀ ਬੈਠੇ ਸੀ, ਉਦੋਂ ਜਿਹੜੀ ਉਹ ਘਟਨਾ ਵਾਪਰ ਜਾਂਦੀ ਹੈ, ਮੰਤਰੀ ਆਉਂਦਾ, ਮੰਤਰੀ ਦਾ ਬੇਟਾ ਆਉਂਦਾ, ਉਹ ਸਮਝੌਤਾ ਹੋ ਜਾਂਦਾ। ਸਮਝੌਤਾ ਹੋ ਕੇ ਉਦੋਂ ਵੀ ਭਾਵੇਂ ਲੱਗਦਾ ਲੋਕਾਂ ਨੂੰ ਯਾਰ 45 ਲੱਖ ਰੁਪਇਆ ਦੇ ਤਾ, 50 ਲੱਖ ਰੁਪਇਆ ਦੇ ਤਾ, ਅੱਜ ਤੱਕ ਜਿਹੜਾ ਇਸ਼ੂ ਹੈ ਉਹ ਬਰਾਬਰ ਖੜ੍ਹਾ ਹੈ। ਮਸਲਾ ਹੈਗਾ ਕੋਰਟ ਕੀ ਕਰਦਾ, ਸਾਡੀਆਂ ਸਰਕਾਰਾਂ ਕੀ ਕਰਦੀਆਂ ਪਰਚਾ ਦਰਜ ਕਰਨ ਦਾ, ਕਿ ਗੋਲੀ ਚੱਲੀ ਕੀ। ਆਮ ਹੁਣ ਇਹ ਚਰਚਾ ਹੋ ਰਹੀ ਹੈ ਜੀ, ਇਹ ਤਾਂ ਹਰਿਆਣੇ ਦੀ ਧਰਤੀ ਹੈ, ਇਹ ਪੰਜਾਬ ਦੀ ਧਰਤੀ ਹੈ, ਸ਼ੁਭ ਕਰਨ ਉੱਧਰ ਕਿਹਾ ਕੀ ਹਰਿਆਣਾ ਸਰਕਾਰ ਨੂੰ ਹਦਾਇਤਾਂ ਕੋਰਟ ਵੱਲੋਂ ਮਿਲ ਗਈਆਂ ਕਿ ਜੇ ਪੰਜਾਬ ਦਾ ਕਿਸਾਨ ਉਹ ਬਾਰਡਰ 'ਤੇ ਇੱਧਰ ਲੱਤ ਰਹੇ ਤੁਸੀਂ ਗੋਲੀ ਚਲਾ ਦਿਓ। ਸਵਾਲ ਗੋਲੀ ਚਲਾਉਣ ਦਾ ਹੈ, 302 'ਤੇ ਪਰਚਾ ਹੁੰਦਾ, ਬਾਅਦ 'ਚ ਕੁਛ ਕਰਨ ਕਿਸੇ ਸਟੇਟ ਦਾ ਹੋਵੇ, ਇਹ ਜਾਣ ਬੁੱਝ ਕੇ ਸਰਕਾਰਾਂ ਉਲਝਾ ਰਹੀਆਂ ਨੇ। ਅਸੀਂ ਇੱਕੋ ਮੰਗ, ਕੋਈ ਅੱਜ ਮੰਗ ਨਹੀਂ, ਪਰਿਵਾਰ ਦੇ ਦੁੱਖ ਦੇ ਵਿੱਚ ਜਦੋਂ ਰਿਸ਼ਤੇਦਾਰ, ਦੋਸਤ, ਮਿੱਤਰ, ਘਰ, ਪੰਚਾਇਤ ਸਾਰੇ ਬੈਠੇ ਆ, ਇਹ 2 ਦਿਨ ਹੋ ਗਏ ਪਰਿਵਾਰ ਨਾਲ ਗੱਲ ਕਰਦੇ ਵੀ ਸਰਕਾਰ ਯਾਰ ਆਪਣੀ ਨਹੀਂ ਸੁਣਦੀ, ਕਹੀ ਹੋਈ ਸਰਕਾਰ ਦੀ ਗੱਲ, 3 ਗੱਲਾਂ ਕਹੀਆਂ, ਕੋਈ ਵਾਲੀ ਵੱਡੀ ਗੱਲ ਨਹੀਂ। ਉਹਨੇ ਕਿਹਾ ਕਾਨੂੰਨੀ ਕਾਰਵਾਈ ਕਰਾਂਗੇ, ਅਤੇ ਕਾਨੂੰਨੀ ਕਾਰਵਾਈ ਮੰਗਦੇ ਆ, FIR ਦਰਜ ਕਰਦੇ। ਪਰ ਇਹਦੇ ਨਾਲ ਕਿਹਾ ਹੋਇਆ ਮੁੱਖ ਮੰਤਰੀ ਦਾ, ਜਿਹੜਾ ਇਸ ਪਰਿਵਾਰ ਲਈ ਐਡਾ ਵੱਡਾ ਉਹਨੇ ਸਟੈਂਡ ਲਿੱਤਾ, ਮੈਨੂੰ ਇਹ ਲੱਗਦਾ ਵੀ ਉਹਦਾ ਆਪਦਾ ਕਿਹਾ ਹੋਈ ਹੌਲਾ ਪੈ ਰਿਹਾ। ਜਿਹਨੂੰ ਜਿੰਨੀ ਦੇਰੀ ਕਰੂਗਾ, ਜਿੰਨਾ ਇਸ ਪਰਿਵਾਰ ਨੂੰ ਦੁੱਖ ਸਮਝ ਬੈਠਾ, ਹੌਲਾ ਤਾਂ ਹੋਊਗਾ ਜਿਹਨੂੰ ਇਨਸਾਫ ਮਿਲਣ ਦੀ ਆਸ ਵਜੂ, ਅਤੇ ਅਸੀਂ ਉਹਦਾ ਸੰਸਕਾਰ ਕਰਕੇ ਪੋਸਟਮਾਰਟਮ ਕਰਵਾਈਏ। ਪ੍ਰਧਾਨ ਸਾਹਿਬ, ਜਿਵੇਂ ਤੁਸੀਂ ਆਖ ਰਹੇ ਹੋ ਕਿ ਮੁੱਖ ਮੰਤਰੀ ਨੇ ਖੁਦ ਹੀ ਕਿਹਾ 3 ਗੱਲਾਂ, ਠੀਕ ਹੈ, ਜਿਹੜੀ ਇਨਸਾਫ ਦੀ ਗੱਲ ਵੀ ਖੁਦ ਕਹੀ ਹੈ ਕਿ ਦੋਸ਼ੀਆਂ 'ਤੇ ਕਾਰਵਾਈ ਹੋਊਗੀ, ਤਾਂ ਇੱਕ ਮੁੱਖ ਮੰਤਰੀ ਦਾ ਕਿਹਾ ਕਿ ਭਰੋਸਾ ਨਹੀਂ ਹੈ ਕਿ ਮੁੱਖ ਮੰਤਰੀ ਨੇ ਕਹਿਤਾ ਕਿ ਹੋ ਜੂਗਾ, ਭਰੋਸਾ ਨਹੀਂ ਆ? ਵੇਖੋ, ਮੈਂ ਮੁੱਖ ਮੰਤਰੀ ਦੀ, ਜਿਹੜੇ ਲੋਕ ਅੱਜ ਵੀ ਇਸ ਗੱਲ 'ਤੇ ਬੋਲਣਗੇ ਵੀ ਯਾਰ ਨਹੀਂ ਹੋਰ ਕੀ ਚਾਹੀਦਾ, ਜਿਹਨੇ ਐਵੇਂ ਆਵਾਜ਼ ਕਰਦੀ ਹੈ, ਇੱਕ ਪਰਾਲੀ ਵਾਲਾ ਮਸਲਾ ਸੀ ਚੱਲਿਆ ਆਪਣਾ, ਸਾਡੇ ਕੁਛ ਵਰਕਰਾਂ ਨੇ ਮੁਲਾਜ਼ਮ ਨੂੰ ਘੇਰਿਆ, ਉਹਨਾਂ ਦੀ ਮੰਗ ਸੀ ਕਿ ਸਾਡੇ ਖੇਤਾਂ 'ਚ ਮੁਲਾਜ਼ਮ ਆਉਣਾ ਕਾਨੂੰਨੀ ਲੰਘਣਾ, ਤਾਂ ਮੁੱਖ ਮੰਤਰੀ ਬੋਲ ਰਿਹਾ ਕਿ ਤੁਸੀਂ ਐਂ ਕਿਸੇ ਮੁਲਾਜ਼ਮ ਨੂੰ ਘੇਰ ਕੇ ਅੱਗ ਲਵਾਓਗੇ ਅਤੇ ਮੈਂ ਪਰਚਾ ਦਰਜ ਕਰਨ ਲੱਗਿਆ।
ਇਹਨੇ ਕਿਹਾ ਕਿ ਮੈਂ ਪਰਚਾ ਦਰਜ ਹੋਣ ਲੱਗਿਆ, ਪਤਾ ਨਹੀਂ ਇਹ ਸ਼ਬਦ ਸੀ, ਪਰਚਾ ਦਰਜਾ ਹੋ ਰਿਹਾ, ਇਹ ਮੁੱਖ ਮੰਤਰੀ ਦਾ ਬਿਆਨ ਸੀ। ਅਤੇ 5 ਮਿੰਟਾਂ ਤੋਂ ਬਾਅਦ ਨਹੀਂ ਵਾਲੇ ਥਾਣੇ ਦੇ ਵਿੱਚ 150 ਕਿਸਾਨਾਂ 'ਤੇ ਪਰਚਾ ਦਰਜ ਹੋ ਗਿਆ, ਮੁੱਖ ਮੰਤਰੀ ਦਾ ਕਿਹਾ ਹੋਇਆ। ਅੱਜ ਵੀ ਮੁੱਖ ਮੰਤਰੀ ਨੇ ਕਿਹਾ ਕਿ ਮੈਂ ਇਸ ਪਰਿਵਾਰ ਦੀ ਸਹਾਇਤਾ ਕਰੂੰਗਾ, ਕਰੋੜ ਰੁਪਏ ਨੂੰ ਸ਼ਹੀਦੀ ਦਰਜਾ ਦੇਵਾਂਗੇ, ਇਹਨੂੰ ਬੱਚੀ ਨੂੰ ਨੌਕਰੀ ਦੇਵਾਂਗੇ ਅਤੇ ਕਾਨੂੰਨੀ ਕਾਰਵਾਈ ਕਰਾਂਗੇ। ਅੱਜ ਪਰਚਾ ਕਰਨ 'ਚ ਕੀ ਦਿੱਕਤ ਹੈ? ਕੀ ਅੱਜ ਉਹੀ ਲਫ਼ਜ਼ ਮੁੱਖ ਮੰਤਰੀ ਦੇ ਕਹੇ ਹੋਏ ਇਸ ਪਰਿਵਾਰ ਨੂੰ ਕੌਣ ਨਹੀਂ ਮੰਨਦਾ? ਪੁਲਿਸ ਮੇਰੇ ਮੁਤਾਬਕ ਤਾਂ ਮੇਰੇ ਸਾਡੇ ਮੀਟਿੰਗਾਂ ਹੋਈਆਂ, ਹੱਥ ਖੜ੍ਹੇ ਕਰ ਗਈ ਕਿ ਅਸੀਂ ਪਰਚਾ ਨਹੀਂ ਕਰਨਾ, ਸਾਡੇ ਤਾਂ ਮੁਲਾਜ਼ਮ ਅਸੀਂ ਨਹੀਂ ਟੰਗਣੇ। ਔਰ ਹੁਣ ਕਿਹੜੇ ਮੁਲਾਜ਼ਮ? ਪੰਜਾਬ ਸਰਕਾਰ ਲੋਕਾਂ 'ਚ ਤਾਂ ਇਹ ਚਰਚਾ ਕਰੇ, ਅਸੀਂ ਕਿਸਾਨਾਂ ਦੇ ਨਾਲ ਹਾਂ, ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਹਾਂ। ਹਰੇਕ ਪਾਰਟੀਆਂ ਇਹਨਾਂ ਦੇ ਪਰਿਵਾਰ ਦੇ ਘਰੇ ਵੀ ਆ ਗਈਆਂ, ਉੱਥੇ ਵੀ ਸਾਡੇ ਘੋਲ 'ਚ ਵੀ ਆ ਗਈਆਂ, ਪਿੱਛੇ ਬੈਠ ਕੇ ਜਿਹੜੇ ਆਗੂ ਆ ਉਹਨਾਂ ਦਾ ਹਾਲ ਚਾਲ ਵੀ ਪੁੱਛਿਆ ਹੈ। ਪਰ ਜਦੋਂ ਕਾਨੂੰਨੀ ਕਾਰਵਾਈ 'ਤੇ ਗੱਲ 'ਤੇ ਆਉਂਦੀ ਹੈ, ਇੱਥੇ ਕੋਈ ਬੋਲ ਨਹੀਂ ਰਿਹਾ ਕਿ FIR ਦਰਜ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਜਾਂ ਇਹ ਕਹਿ ਦੇਣ ਰਲ ਕੇ ਕਿ ਕਿਸਾਨਾਂ ਦੀ ਉਸ ਪਰਿਵਾਰ ਦੀ ਮੰਗ ਹੀ ਗਲਤ ਹੈ, ਅਸੀਂ ਕਰ ਹੀ ਨਹੀਂ ਸਕਦੇ। ਗੋਲੀ ਵੱਜੀ ਹੋਵੇ, ਸਾਫ਼ ਹੋਊਗੀ ਗੱਲ, ਹੁਣ ਪਿੱਛੇ ਹਟਣਾ ਪਤਾ ਨਹੀਂ ਕਿਉਂ ਦੁਬਾਰਾ। ਮੈਨੂੰ ਤਾਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਜੀ ਮੁੱਖ ਮੰਤਰੀ ਨੇ ਕਰਤਾ ਦਿੱਤਾ, ਕੇਂਦਰ ਨੇ ਦਬਾਅ ਹੀ ਇੰਨਾ ਬਣਾ ਲਿਆ ਕੇਜਰੀਵਾਲ 'ਤੇ ਕਿ ਪਰਚਾ ਦਰਜ ਨਹੀਂ ਕਰਨਾ। ਜੇ ਕਹਿ ਰਿਹਾ ਇੱਕ ਅਧਿਕਾਰੀ ਇਹਨਾਂ ਦਾ ਕਿ ਜੇ ਅਸੀਂ ਇੱਕ ਕਰਾਂਗੇ ਸਾਡੇ 'ਤੇ 10 ਕਰਨਗੇ, ਕੀ ਭਾਈ ਤੁਹਾਡੇ ਕੋਰਟ 'ਚ ਕੇਸ ਚੱਲਦੇ ਆ? ਇਹ ਤਾਂ ਆਪਣੇ ਪਰਿਵਾਰ ਚੱਲਦੇ ਪਿੰਡਾਂ ਦੇ ਵਿੱਚ ਕਿ ਜੀ ਮੈਂ ਤਾਂ ਕਰਤਾ 57, ਫਿਰ ਇਹ ਮੇਰੇ 'ਤੇ ਕਰ ਦੂ, ਅੱਜ ਮੈਂ ਇਹਨੂੰ ਲਿਖਾ ਤਾ ਫਿਰ ਮੈਨੂੰ ਲਿਖਾ ਦੂ। ਸਵਾਲ ਹੈ ਕਿਸਾਨ ਤਾਂ ਜਿਹੜਾ ਸ਼ਹੀਦ ਹੋਇਆ ਤਾਂ ਗੋਲੀ ਚਲਾਉਣ ਦਾ, ਦੋਸ਼ੀ 'ਤੇ ਕਾਰਵਾਈ ਕਰਨ ਦਾ, ਤੁਸੀਂ ਗੱਲ ਹੋਰ ਪਾਸੇ ਲਿਜਾ ਰਹੇ ਹੋ। ਇਸ ਇਸ਼ੂ 'ਤੇ ਜਿਹੜਾ ਪਿੰਡ ਵੱਲੋਂ ਦੇ ਵਿੱਚ 2-3 ਦਿਨਾਂ ਦੀ ਇਹ ਗੱਲ ਚੱਲਦੀ ਸੀ ਕਿ ਜੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ, ਪਰਚਾ ਦਰਜ ਨਹੀਂ ਹੁੰਦਾ, ਫਿਰ ਅਸੀਂ ਘਰੇ ਵੀ ਬੈਠੇ ਹਾਂ, ਅਸੀਂ ਰੋਡ 'ਤੇ ਬੈਠਾਂਗੇ। ਭਾਵੇਂ ਰੋਡ ਜਾਮ ਕਰਨ ਦਾ ਕਿਸੇ ਵੀ ਅੱਜ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਾਡਾ ਨਹੀਂ ਸੀ ਬਣਦਾ ਵੀ ਅਸੀਂ ਰੋਡ ਜਾਮ ਕਰੀਏ, ਮਜਬੂਰੀ ਬਸ ਫਿਰ ਉਸ ਪਰਿਵਾਰ ਨਾਲ ਪਿੰਡ ਆਏ, ਪਿੰਡ ਦੇ ਨਾਲ ਅੱਜ ਬਲਾਕ ਆਇਆ ਤਾਂ ਉਦਾਸੀ ਆ ਸਾਰਿਆਂ ਦੇ ਚਿਹਰਿਆਂ 'ਤੇ। ਨਹੀਂ ਅੱਗੇ ਆਮ ਜਦੋਂ ਰੋਡ ਲਾਉਂਦੇ, ਧਰਨਾ ਲਾਉਂਦੇ, ਨਜ਼ਾਰੇ ਪੂਰੇ ਕੁਛ ਮੁਰਦਾਬਾਦ ਦੇ ਨਾਰੇ ਚੱਲਦੇ, ਉਦਾਸੀ ਹੈ ਕਿ ਇੱਕ ਸਾਡਾ ਨੌਜਵਾਨ, ਉਮਰ ਵੀ ਕੁਛ ਨਹੀਂ 22 ਸਾਲਾਂ ਦੀ, ਸਾਡੇ ਵਾਲੇ ਸਾਰੇ MLA MP ਵਿਰੋਧੀ ਪਾਰਟੀਆਂ ਸਭ ਚੁੱਪ ਬੈਠੀਆਂ ਨੇ, ਬਾਹਰਲੀ ਪਾਰਲੀਮੈਂਟਾਂ 'ਚ ਇਸ ਬੱਚੇ ਦੀ ਆਵਾਜ਼ ਉੱਠ ਰਹੀ ਹੈ। MLA ਵੀ ਆਏ, ਖੁੱਡੀਆਂ ਸਾਹਿਬ ਜਿਹੜੇ ਨੇ ਮੰਤਰੀ ਨੇ, ਕੈਬਨਿਟ ਮੰਤਰੀ ਉਹ ਵੀ ਆਏ, ਉਹਨਾਂ ਕੋਲ ਵੀ ਇਹ ਗੱਲ ਰੱਖੀ ਸੀ ਕਿ ਭਾਈ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਤੁਸੀਂ ਦਬਾਅ ਪਾ ਕੇ ਪਰਚਾ ਦਰਜ ਜਿਹੜਾ ਕਰਵਾਓ? ਨਹੀਂ, ਉਹ ਜਿਹੜਾ ਪਰਿਵਾਰ 'ਚ ਹੈ ਮੇਰੀ ਤਾਂ ਨਹੀਂ ਉਹਨਾਂ ਨਾਲ ਗੱਲ ਹੋਈ, ਪਰ ਲੋਕਾਂ ਨੇ ਗੱਲ ਰੱਖੀ ਆ, ਲੋਕਾਂ ਨੇ MLA ਨਾਲ ਵੀ ਗੱਲ ਰੱਖੀ ਹੈ, ਮੁੱਖ ਮੰਤਰੀ ਖੇਤੀ ਮੰਤਰੀ ਨਾਲ ਵੀ ਰੱਖੀ ਹੈ ਕਿ ਜੇ ਤੁਸੀਂ ਪਰਿਵਾਰ ਦਾ ਦੁੱਖ ਸਮਝਿਆ ਕਰਨਾ, ਪਰਿਵਾਰ ਦੀ ਇਹ ਮੰਗ ਵੀ ਮੰਨੋ ਕਿ ਉਹਨਾਂ 'ਤੇ ਪਰਚਾ ਦਰਜ ਕਰੋ। ਉਹ ਕਹਿੰਦਾ ਮੈਂ ਲਾਜ਼ਮੀ ਵਿਚਾਰੂੰਗਾ, ਕਰਾਂਗੇ, ਇਹ ਕਹਿ ਕੇ ਉੱਠੇ ਨੇ। ਪਰ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਪਹਿਲਾਂ ਹੀ ਪਰਚਾ ਦਰਜ ਕਰਕੇ ਹੀ ਆਉਣਾ ਚਾਹੀਦਾ ਸੀ ਕਿ ਸਾਡੀ ਕਹੀ ਹੋਈ ਗੱਲ ਸਰਕਾਰ ਦੀ, ਸਾਡੇ ਮੁੱਖ ਮੰਤਰੀ ਨੇ ਕਹੀ ਹੋਈ ਗੱਲ ਅਸੀਂ ਅਮਲ 'ਚ ਲਿਆਤੀ, ਪੋਸਟਮਾਰਟਮ ਕਰਵਾਓ, ਆਪਾਂ ਸੰਸਕਾਰ ਕਰੀਏ, ਇਹ ਬਣਦਾ ਸੀ ਮੁੱਖ ਮੰਤਰੀ ਦਾ। ਜਿਹੜਾ ਇਹ ਤੁਸੀਂ ਧਰਨਾ ਲਾਇਆ, ਇਹ ਪੱਕੇ ਤੌਰ 'ਤੇ ਆ ਜਾਂ ਅੱਜ ਦੇ ਲਈ ਫੌਰੀ ਅੱਜ ਦੇ ਲਈ ਆ? ਅਸੀਂ ਵਿਚਾਰਦੇ ਹਾਂ ਕਿ ਲੋਕਾਂ ਦੀਆਂ ਦੁੱਖ, ਜਿੱਥੇ ਇੱਕ ਪਰਿਵਾਰ ਹੈ ਇਹਨਾਂ ਨੂੰ ਵੀ ਦੁੱਖ ਹੈ, ਜਿੱਥੇ ਲੋਕਾਂ ਨੂੰ ਵੀ ਸਾਨੂੰ ਮੁਸੀਬਤਾਂ ਆਉਂਦੀਆਂ, ਸਾਡੇ ਤਾਹਾਂ ਵੀ ਗੱਲ ਚੱਲ ਰਹੀ ਹੈ। ਮੈਨੂੰ ਹੁਣੇ ਫੋਨ ਡੱਲੇਵਾਲ ਸਾਹਿਬ ਦਾ ਆਇਆ ਸੀ, ਭੰਦੇਰ ਸਾਹਿਬ ਦਾ ਆਇਆ ਸੀਗਾ, ਇਸ 'ਤੇ ਵੀ ਅਸੀਂ ਵਿਚਾਰ ਰਹੇ ਹਾਂ ਕਿ ਕੀ ਸੋਚ ਕੇ ਕੋਈ ਅਗਲਾ ਕਦਮ ਇਹ ਦੇਈਏ, ਕਿਤੇ ਇਹ ਆਵਾਜ਼ ਜਿਹੜੇ ਅੱਜ ਸਾਡੇ ਲੋਕ ਨਾਲ ਨੇ, ਇਸ ਪਰਿਵਾਰ ਦੇ ਨਾਲ ਨੇ, ਦੁਨੀਆ ਪੱਧਰ ਦੇ ਨਾਲ ਨੇ, ਕਿਤੇ ਨਾ ਲੱਗੇ ਕਿ ਯਾਰ ਇਹ ਤਾਂ ਰੋਡ ਲੋਕ ਲਿਆ ਕੇ ਆਪਦਾ ਰੋਡਾਂ 'ਤੇ ਆਉਣਾ ਚਾਹੁੰਦੇ। ਇਹ ਵਿਚਾਰਨ ਵਾਲਾ ਵਿਸ਼ਾ ਕੋਈ, ਫਿਰ ਵੀ ਜਦੋਂ ਪਰਿਵਾਰ ਨਾਲ ਅਸੀਂ ਮੀਟਿੰਗ ਕਰਕੇ ਉਹਦੀ ਸਹਿਮਤੀ ਜਿਵੇਂ ਵੀ ਉਹਨੇ ਕਿਹਾ, ਮੈਨੂੰ ਲੱਗਦਾ ਪਰਿਵਾਰ 'ਤੇ ਸ਼ਾਇਦ ਕਿੰਨਾ ਪ੍ਰਸ਼ਾਸਨ ਨੇ ਉਹਦਾ ਦਬਾਅ ਪਾਇਆ।
ਮੈਨੂੰ ਪਤਾ ਵੀ 2 ਦਿਨ ਅਸੀਂ ਕੱਲ੍ਹ ਉਹ ਪਰਿਵਾਰ ਕੈਂਡਲ ਮਾਰਚ 'ਚ ਹੋਇਆ ਖਨੌਰੀ ਵਾਰ, ਇਹਦੇ ਪਿੱਛੇ ਫੋਰਸ ਲੱਗੇ, ਪਿੱਛੇ ਰਿਸ਼ਤੇਦਾਰ ਲੱਗੇ, ਮੰਨ ਲਓ ਜੀ ਤੁਸੀਂ ਨਾ ਕਰੋ, ਇਹ ਯੂਨੀਅਨ ਵਾਲੇ ਤਾਂ ਹੀ ਕਰਦੇ ਹੁੰਦੇ, ਇਹਨਾਂ ਦੇ ਆਪਦੇ ਮਸਲੇ ਬਹੁਤ ਉਹਦੇ ਵਿਚਾਰੇ, ਪਰ ਮੈਂ ਉਹ ਨਾਲ ਹੀ ਮੇਰੇ ਪਰਿਵਾਰ ਰਾਤ ਵੀ ਮੇਰੇ ਕੋਲ ਹੀ ਸੀਗਾ, ਕੋਰਟ ਦੇ ਨਾਲ ਅਸੀਂ ਉੱਥੋਂ ਜਦੋਂ ਦਿੱਲੀਓਂ ਆਏ ਖਨੌਰੀ ਤੋਂ ਸਾਡੇ ਨਾਲ ਸੀਗੇ। ਉਹ ਪਰਿਵਾਰ ਕਹਿੰਦਾ ਵੀ ਸਾਰਿਆਂ ਨੂੰ ਜਵਾਬ ਦਿੱਤਾ ਵੀ ਅਸੀਂ ਜਿਵੇਂ ਯੂਨੀਅਨ ਕਹੂਗੀ, ਜਿਵੇਂ ਸਾਨੂੰ ਆਗੂ ਕਹਿਣਗੇ ਅਸੀਂ ਉਵੇਂ ਕਰਾਂਗੇ। ਅਸੀਂ ਇਹ ਗੱਲ ਉਹਨੂੰ ਕਹਿਤੀ ਵੀ ਠੀਕ ਹੈ, ਤੁਸੀਂ ਅੱਜ 1 ਕਰੋੜ ਹੈ 2 ਕਰੋੜ ਹੈ ਦੇ ਦੇਣਗੇ, ਪਰ ਇਸ ਬੱਚੇ 'ਤੇ ਸਵਾਲ ਫਿਰ ਤੁਹਾਡੇ ਪਿੰਡ 'ਚ ਉੱਠਣ ਲੱਗ ਜੂਗਾ ਕਿ ਬਸ ਬੱਚੇ ਦੀ 2 ਕਰੋੜ ਹੀ ਕੀਮਤ ਸੀ, 3 ਕਰੋੜ ਹੀ ਕੀਮਤ ਸੀ, ਦੋਸ਼ੀ ਤਾਂ ਕਰਾ ਲਿਆ ਕਾਰਵਾਈ। ਅਸੀਂ ਇਸ ਗੱਲ 'ਤੇ ਅੜੇ ਹਾਂ, ਪਰਿਵਾਰ ਨੂੰ ਅਸੀਂ ਵਾਰ ਵਾਰ ਇਹੀ ਕਹਿੰਦੇ ਹੁੰਦੇ ਹਾਂ ਕਿ ਤੁਸੀਂ ਅੜੇ ਰਹੋ, ਹਰ ਹਾਲਤ ਹੋਊਗਾ ਪਰਚਾ, ਅਸੀਂ ਤੁਹਾਡੇ ਨਾਲ ਖੜੇ ਹਾਂ, ਲੋਕ ਖੜੇ ਨੇ। ਮੈਨੂੰ ਲੱਗਾ ਅੱਜ ਇਕੱਲੀ ਜਥੇਬੰਦੀ ਦੀ ਨਹੀਂ ਗੱਲ, ਅੱਜ ਤਾਂ ਸਾਰੇ ਲੋਕ ਖੜੇ ਨੇ, ਅੱਜ ਕੋਈ ਜਥੇਬੰਦੀ ਨਹੀਂ, ਅੱਜ ਸਾਰੇ ਲੋਕ ਖੜੇ ਨੇ। ਜੇ ਇੱਥੋਂ ਤੱਕ ਮੁੱਖ ਮੰਤਰੀ ਕਿਹਾ ਹੋਇਆ ਮੈਂ ਖੜਾ ਹਾਂ, ਅਤੇ ਮੁੱਖ ਮੰਤਰੀ ਹੁਣ ਕਿਉਂ ਦੇਰੀ ਕਰਦਾ? ਹੁਣ ਆਹ ਜਿਹੜਾ ਮੇਰੀ ਇੱਥੇ ਅਧਿਕਾਰੀਆਂ ਨਾਲ ਗੱਲ ਹੋਈ ਸੀ ਜੀ, ਇਹ ਕਰੀਏ ਜੀ ਆਪਾਂ ਇੱਕ ਰਸਤਾ ਖੋਲ੍ਹ ਦਈਏ, ਮੈਂ ਕਿਹਾ ਤੁਸੀਂ ਇਹ ਕਿਉਂ ਨਹੀਂ ਕਹਿੰਦੇ, ਦੱਸੋ ਸਾਨੂੰ ਜੀ ਅਸੀਂ ਕਿਤੇ ਪਰਚਾ ਦਰਜ ਕਰੀਏ, ਤੁਸੀਂ ਪਰਚਾ ਦਰਜ ਕਰਨ ਵਾਲੀ ਗੱਲ ਕਿਉਂ ਨਹੀਂ ਕਰਦੇ, ਤੁਸੀਂ ਇੱਕ ਰਸਤਾ ਖੋਲ੍ਹਣ ਦੀ ਗੱਲ ਕਰਦੇ ਹੋ ਜੀ, ਅਸੀਂ ਤਾਂ ਕੁਛ ਕਰ ਨਹੀਂ ਸਕਦੇ, ਤਾਂ ਘਟਨਾ ਪਟਿਆਲੇ ਦੀ ਹੈ। ਅਤੇ ਮੈਂ ਕਿਹਾ ਵੀ ਮੁੱਖ ਮੰਤਰੀ ਨਹੀਂ ਹੈ, ਇਹ ਹੁਣ ਪਰਿਵਾਰ ਨੂੰ ਅਸੀਂ ਪਟਿਆਲੇ ਲੈ ਕੇ ਜਾਈਏ, ਵੱਲੋਂ ਕੀ 'ਚ ਪੈਂਦਾ? ਕਹਿੰਦੇ ਜੀ ਪੈਂਦਾ ਤਾਂ ਰਾਮਪੁਰੇ 'ਚ ਹੀ ਹੈ। ਤਾਂ ਇਸ ਕਰਕੇ ਕੋਈ ਦਲੀਲ ਜੀ ਨਹੀਂ ਆਈ ਪ੍ਰਸ਼ਾਸਨ ਦੀ ਕਿ ਅਸੀਂ ਤਾਹਾਂ ਤੋਂ, ਜਾਂ ਤਾਂ ਸਾਨੂੰ ਹਦਾਇਤਾਂ ਕਹਿਣ ਥੱਲੇ ਜੇ ਆਪਦੀ ਕੋਲ ਮੋਲ ਜੀ ਗੱਲ ਕਰਕੇ, ਤੁਸੀਂ ਠੀਕ ਹੈ ਜੀ ਬੈਠੇ ਹੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ, ਪਰ ਅਸੀਂ ਆਖਿਆ ਵੀ ਨਾਲ ਖੜ੍ਹੇ ਤਾਂ ਚਲੋ ਕਰੋ ਪਰਚਾ ਦਰਜੀ, ਉਹ ਤਾਂ ਆਪਣੀ ਚੌਂਕੀ ਪੰਜਾਬ 'ਚ ਪੈਂਦੀ ਹੈ, ਤੁਸੀਂ ਮਾੜਾ ਫੋਨ ਕਰੋ ਹੁਣ ਪਰਚਾ ਦਰਜ ਹੋ ਜਾਣਾ। ਪਰਚਾ ਦਰਜ ਕਰਨੀ ਨੂੰ ਮੂੰਹ ਨਹੀਂ ਖੋਲ੍ਹ ਰਹੇ, ਸਿਰਫ ਐਂ ਇਸ ਲੋਟ ਦਲੀਲ ਕਰਕੇ ਇਹ ਵਿਚਾਰ ਜਿਹੜਾ ਇਸ਼ੂ ਹੈ, ਭਾਵਾਂ ਮੇਰਾ ਵੀ ਮਨ ਸੀ, ਮੇਰੀ ਵੀ ਰਾਏ ਇਹ ਆ ਕਿ ਉਨ੍ਹਾਂ ਚਿਰ ਇਹ ਧਰਨਾ ਚਲਾਇਆ ਜਾਵੇ ਜਿੰਨਾ ਚਿਰ ਪਰਚਾ ਦਰਜ ਨਹੀਂ ਹੁੰਦਾ, ਪਰ ਫਿਰ ਵੀ ਸਾਨੂੰ ਜਿਹੜੇ ਫੋਰਮਾਂ ਦੀ ਰਾਏ ਆ ਜਾਂਦੀ ਹੈ, ਪਰਿਵਾਰ ਦੀ ਰਹਿ ਜਾਂਦੀ ਹੈ, ਵਿਚਾਰ ਕੇ ਉਹ ਲਾਜ਼ਮੀ ਕਰਾਂਗੇ। ਧੰਨਵਾਦ ਪ੍ਰਧਾਨ ਜੀ।